ਮੈਂ ਬਾਝ ਬਰਾਵੋਂ ਮਾਰਿਆ, ਮੇਰੀ ਖਾਲੀ ਹੋ ਗਈ ਕੰਡ, ਸਿਰੋਂ ਮੁੜਾਸਾ ਢਹਿ ਗਿਆ, ਨੰਗੀ ਹੋ ਗਈ ਝੰਡ। ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਹੈ ਜੀ? ਠੀਕ ਹੋ, ਖੁਸ਼ ਹੋ, ਖਰੀਅਤ ਨਾਲ ਹੋ ਜੀ? ਦੋਸਤੋ, ਮੈਂ ਤੁਹਾਡਾ ਭਾਈ ਮਹਿਰ ਮੁਦੱਸਰ, ਅਤੇ ਦੋਸਤੋ ਅੱਜ ਮੈਂ ਤੁਹਾਨੂੰ ਉਹ ਦਰਖਤ ਵਿਖਾਉਣ ਜਾ ਰਿਹਾ ਜਿਸ ਦਰਖਤ ਦੇ ਥੱਲੇ ਮਿਰਜ਼ਾ ਜੱਟ ਅਤੇ ਸਾਹਿਬਾ ਬੀਬੀ ਸੁੱਤੇ ਪਏ ਸੀ ਜਦੋਂ ਖੀਵੇ ਤੋਂ ਨੱਸ ਕੇ ਆਏ ਸੀ। ਅਤੇ ਮਿਰਜ਼ੇ ਨੇ ਇਸ ਦਰਖਤ ਦੇ ਉੱਪਰ ਆਪਣੇ ਤੀਰ ਲਟਕਾ ਦਿੱਤੇ ਅਤੇ ਸਾਹਿਬਾ ਨੇ ਤੀਰ ਤੋੜ ਦਿੱਤੇ, ਅਤੇ ਉਸ ਤੋਂ ਬਾਅਦ ਸਾਹਿਬਾ ਦੇ ਪੇਕੇ ਆ ਗਏ ਅਤੇ ਉਹਨਾਂ ਨੇ ਮਿਰਜ਼ੇ ਨੂੰ ਅਤੇ ਸਾਹਿਬਾ ਨੂੰ ਮਾਰ ਦਿੱਤਾ। ਇਹ ਉਹ ਦਰਖਤ ਜੇ, ਇਹਨੂੰ ਜੰਡ ਕਿਹਾ ਜਾਂਦਾ ਹੈ। ਇਹ ਉੱਪਰ ਮਿਰਜ਼ੇ ਨੇ ਆਪਣੇ ਤੀਰ ਲਟਕਾਏ ਸੀ ਅਤੇ ਥੱਲੇ ਉਹ ਦੋਨੇ ਜਣੇ ਸੌਂ ਗਏ। ਜਦੋਂ ਫਿਰ ਸਾਹਿਬਾ ਦੇ ਪੇਕੇ ਆਏ ਤਾਂ ਉਹਨਾਂ ਨੇ ਇਹਨਾਂ ਦੋਨਾਂ ਨੂੰ ਇੱਥੇ ਹੀ ਮਾਰ ਦਿੱਤਾ। ਇਹ ਪੂਰੀ ਤਹਿਰੀਰ ਲਿਖੀ ਹੋਈ ਹੈ, ਤੁਸੀਂ ਬਆਸਾਨੀ ਪੜ੍ਹ ਸਕਦੇ ਜੇ, ਵੀਡੀਓ ਨੂੰ ਰੋਕ ਕੇ ਵੀ ਤੁਸੀਂ ਪੜ੍ਹ ਸਕਦੇ ਜੇ। ਜੰਡ ਦਾ ਇਹ ਦਰਖਤ ਹੈ, ਦਾਨਾਬਾਦ ਦੇ ਵਿੱਚ ਹੈ, ਮਿਰਜ਼ਾ ਸਾਹਿਬਾ ਦੇ ਦਰਬਾਰ ਦੇ ਨਾਲ ਬਿਲਕੁਲ ਇਹ ਜੰਡ ਦਾ ਦਰਖਤ ਹੈ। ਅਤੇ ਤੁਸੀਂ ਇਹ ਤਹਿਰੀਰ ਪੜ੍ਹ ਸਕਦੇ ਜੇ। ਵੀਡੀਓ ਚੰਗੀ ਲੱਗੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਿਆ ਜੇ। ਅਤੇ ਦੋਸਤੋ, ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਜਾਵਾਂ, ਇਹ ਮਿਰਜ਼ਾ ਸਾਹਿਬਾ ਦਾ ਦਰਬਾਰ ਹੈ। ਪੂਰਾ ਵਲੌਗ ਮੇਰੇ ਚੈਨਲ 'ਤੇ ਮੌਜੂਦ ਹੈ, ਜਿਹਦੇ ਵਿੱਚ ਮੈਂ ਇਹ ਕਬਰਾਂ ਵਿਖਾਈਆਂ, ਮਜ਼ਾਰ ਦੇ ਅੰਦਰ 3 ਕਬਰਾਂ, 3 ਮੈਂ ਵਿਖਾਈਆਂ। ਬੜਾ ਚੰਗਾ ਵਲੌਗ ਹੈ, ਤਕਰੀਬਨ 6.5 ਲੱਖ ਬੰਦਿਆਂ ਨੇ ਵੇਖਿਆ, ਤੁਸੀਂ ਵੇਖ ਸਕਦੇ ਜੇ। ਹੁਣ ਜੀ, ਇਜਾਜ਼ਤ ਦਿਓ, ਅੱਲਾ ਹਾਫਿਜ਼।